ਹਾਂਜੀ ਸਵਾਗਤ ਹੈ ਤੁਹਾਡਾ ਅਖਤਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਵੀਡੀਓ ਕਿਸਾਨਾਂ ਲਈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਵਰਿੰਦਰ ਸਿੰਘ ਨੇ ਕੇਂਦਰ ਤੋਂ ਪਹਿਲਾਂ ਹੀ ਮੰਗ ਕੀਤੀ ਸੀ ਵੀ ਸਾਨੂੰ ਜਿਹੜੇ ਝੋਨੇ ਦੀ ਜਿਹੜੇ ਪੈਸੇ ਆ ਲੋ ਦਿੱਤੇ ਜਾਣ ਤਾਂ ਕਿ ਅਸੀਂ ਕਿਸਾਨਾਂ ਨੂੰ ਸਮੇਂ ਸਿਰ ਦੇ ਸਕੀਏ ਤੇ ਜਿਵੇਂ ਲਮਟਾ ਵਗੈਰਾ ਤੇ ਚੱਕਰ ਪੈਂਦਾ ਜਾਂ ਕੋਈ ਹੋਰ ਤਾਂ ਕਿਸਾਨ ਨੂੰ ਜਿਹੜਾ ਪੈਸਾ ਉਹ ਝੋਨੇ ਦੀ ਖਰੀਦ ਤੋਂ ਬਾਅਦ ਛੇਤੀ ਤੋਂ ਛੇਤੀ ਮਿਲ ਸਕੇ ਕਿਉਂਕਿ ਕਈ ਵਾਰ ਮਹੀਨਾ ਮਹੀਨਾ ਲੰਘ ਜਾਂਦਾ ਤਦੋ ਕਾਫੀ ਮੁਸ਼ਕਲ ਹੋਇਆ ਤੇ ਕੇਂਦਰ ਸਰਕਾਰ ਨੇ ਜਿਹੜਾ ਝੋਨੇ ਦੀ ਖਰੀਦ 2019-20 ਲਈ 26707 ਕਰੋੜ ਰੁਪਏ ਜਿਹੜੀ ਰਕਮ ਹੈ ਉਹ ਜਾਰੀ ਕਰ ਦਿੱਤੀ ਕੀ ਹੈ ਪੰਜਾਬ ਨੂੰ ਤੇ ਜਿਹਦੇ ਨਾਲ ਕੀ ਉਮੀਦ ਹੈ ਇਸ ਵਾਰ ਮੁਸ਼ਕਲ ਨਹੀਂ ਆਵੇ ਕੋਈ ਵੀ ਤੇ ਕਿਸਾਨਾਂ ਰੋਏ ਸੌਖਾ ਹੋ ਜਾਵੇਗਾ ਤੇ ਉਮੀਦ ਹੈ ਵੀ ਕਿਸਾਨਾਂ ਲਈ ਹੋਰ ਵੀ ਜਿਹੜੇ ਜਿਵੇਂ ਕਿ ਕੈਪਟਨ ਨੇ ਜਿਹੜੇ ਵਾਦੇ ਕੀਤੇ ਸੀ ਕਰਜਾ ਮਾਫੀ ਦੇ ਜਾਂ ਹੋਰ ਉਹ ਵੀ ਜ਼ਰੂਰ ਹੈ ਪੂਰੇ ਕੀਤੇ ਜਾਣ ਨਾ ਕਿ ਉਹ ਰੋਬੀ ਬੋਟਾਂ ਦੇ ਪੰਜਵੇਂ ਸਾਲ ਚ ਬੋਟਾਂ ਵਲੇ ਬਾਦੀ ਕਰੇ ਸਰਕਾਰ ਪੂਰੇ ਜ਼ਰੂਰ ਕਰੇ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜਾਣਕਾਰੀ ਵਾਲੀ ਵੀਡੀਓ ਜੰਗੀ ਲੱਗੀ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਸਾਰੀਆਂ ਕੰਮ ਨਹੀਂ ਇਸ ਚੈਨਲ ਤੇ ਵੀਡੀਓਜ਼ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ